राम रस पिया रे, राम रस पिया रे, जे रस बिसर गए रस को। जो भी जीव संसार से आता है
ਉਸਨੇ ਇੱਕ ਨਾ ਇੱਕ ਦਿਨ ਇਸ ਸੰਸਾਰ ਤੋਂ ਚਲੇ ਜਾਣਾ ਹੁੰਦਾ। ਲੇਕਿਨ ਜਦੋਂ ਅਜਿਹੀ ਮੌਤ ਹੁੰਦੀ ਹੈ ਕਿ ਨਾ ਬੰਦਾ ਇਸ ਪਾਸੇ ਨਾ ਉਸ ਪਾਸੇ ਤੇ ਪਰਿਵਾਰ ਦੇ ਵਿੱਚ ਜਿੱਥੇ ਬਹੁਤ ਸਾਰਾ ਵੱਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਵੇਖੀ ਸਾਰੀ ਪਿਆਰੀ ਸੁਣਾ ਸਕਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਮੇਰਾ ਛੋਟਾ ਭਰਾ ਕੀਮਤੀ ਲਾਲ ਜਿਹਨੂੰ ਜੱਜ ਮਹਿਲ ਕਹਿੰਦੇ ਆ, ਕੀਮਤੀ ਲਾਲ ਦਾ ਨਾਂ ਤਾਂ ਰੱਖਿਆ ਸੀ ਕਿ ਇਹ ਬੜਾ ਕੀਮਤੀ ਸੀ। ਚੌ ਭੈਣਾਂ ਦੇ ਪਿੱਛੋਂ ਇਹ ਜੱਜ ਮਹਿਲ ਨੇ ਜਨਮ ਲਿਆ ਸੀ ਤੇ ਬੜਾ ਕੀਮਤੀ ਹੀਰਾ ਸੀ ਸਾਡੇ ਤੇ ਜੱਜ ਇਹਦਾ ਤਾਂ ਰੱਖਿਆ ਸੀ ਕਿ ਇਹ ਘਰ ਦਾ ਜੱਜ ਆ। ਘਰ ਦਾ ਜੱਜ ਆ ਤੇ ਮੇਰੇ ਭਰਾ ਨੂੰ ਕਿਹੜੀ ਛੋਟੀ ਉਮਰ ਦੇ ਵਿੱਚ ਵਾਹਿਗੁਰੂ ਆਪਣੇ ਕੋਲ ਲੈ ਗਿਆ, ਜਿਸ ਨੇ ਕੰਮ ਚੰਗੇ ਕੀਤੇ ਹੋਣ ਉਹਦੇ ਵਾਸਤੇ ਦੋ ਸ਼ਬਦ ਕਹਿ ਲੈ ਛੋਟੇ ਭਰਾ ਵਾਸਤੇ ਦਿਲ ਬਹੁਤ ਕਰਦਾ, ਕਿਉਂਕਿ ਛੋਟੀ ਉਮਰ ਦੇ ਵਿੱਚ ਇਹਦੇ ਫਾਦਰ ਸਾਹਿਬ ਦੀ ਡੈਥ ਹੋ ਗਈ। ਇਹ ਬਹੁਤ ਛੋਟਾ ਸੀ। ਸ਼੍ਰੀ ਸ਼ਾਮ ਲਾਲ ਜੀ ਇਹਦੇ ਪਿਤਾ ਜੀ ਸੀ, ਬਹੁਤ ਨੇਕ ਸੁਭਾਅ ਦੇ ਸੀ, ਬੜੀ ਪਰਸਨੈਲਿਟੀ ਸੀ ਇਹਦੇ ਅੰਦਰ, ਉਹ ਵੀ ਬੜੀ ਛੋਟੀ ਉਮਰ ਦੇ ਵਿੱਚ ਸਾਡੇ ਕੋਲ ਚਲੇ ਗਏ। ਜਦੋਂ ਜੱਜ ਨੇ ਆਪਣੇ ਪਿਤਾ ਜੀ ਚਲੇ ਗਏ, ਇਹ ਬੜਾ ਛੋਟਾ ਸੀ, ਇਹਨੇ ਆਪਣੀਆਂ ਭੈਣਾਂ ਦੇ ਉੱਤੇ ਸਿਰ ਤੇ ਹੱਥ ਰੱਖਿਆ, ਆਪਣੇ ਛੋਟੇ ਭਰਾ ਦੇ ਸਿਰ ਤੇ ਹੱਥ ਰੱਖਿਆ, ਪਿਓ ਬਣ ਕੇ ਵਿਖਾਇਆ, ਕਿਤੇ ਵੀ ਯਾਦ ਨਾ ਹੋ ਦਿੱਤੀ ਤੇ ਪਿਓ ਦਾ ਜਿਹੜਾ ਜਿੰਨਾ ਵੀ ਉਹਦਾ ਪਿਓ ਨੇ ਸਤਿਕਾਰ ਜਦ ਛੋਟੀ ਉਮਰ ਨੂੰ ਦਿੱਤਾ ਸੀ ਉਸ ਤੋਂ ਵੱਧ ਪਿਆਰ ਜਿਹੜਾ ਮੈਂ ਆਪਣੀਆਂ ਭੈਣਾਂ ਨੂੰ ਦਿੱਤਾ, ਆਪਣੇ ਛੋਟੇ ਭਰਾ ਨੂੰ ਦਿੱਤਾ। ਕਦੀ ਮਹਿਸੂਸ ਨਾ ਹੋਣ ਦਿੱਤਾ ਮੇਰੇ ਵੀਰ ਨੇ ਵੀ ਛੋਟੀ ਉਮਰ ਦੇ ਵਿੱਚ ਪਿਓ ਚਲੇ ਗਿਆ ਤੇ ਅੱਜ ਬੜੇ ਲਾਡ ਨਾਲ ਨਾਂ ਰੱਖਿਆ ਨਿਤਨ ਬਹਿਲ, ਜਿਹਨੂੰ ਕੈਨੇਡਾ ਦੇ ਵਿੱਚ ਭੇਜਿਆ। ਜਦੋਂ ਉਹਦਾ ਪੁੱਤ ਕੈਨੇਡਾ 'ਚ ਰਹਿੰਦਾ ਸੀ ਤੇ ਮੈਨੂੰ ਕਹਿੰਦਾ ਸੀ, ਆਪਣੇ ਤਾਇਆ ਜੀ ਨੂੰ ਕਹਿੰਦਾ, ਮੈਨੂੰ ਕੰਮ ਕਰਨ ਦੀ ਲੋੜ ਨਹੀਂ, ਮੇਰਾ ਮੇਰੇ ਸਿਰ ਤੇ ਪਿਓ ਜੀਂਦਾ। ਪਰ ਨਿਤਨ ਹੁਣ ਉਹ ਪਿਓ ਨਹੀਂ ਆਉਣਾ ਤੇ ਧੀ ਦਾ ਨਾਂ ਰੱਖਿਆ ਪਾਲੂ, ਵੀ ਜਿਹਨੂੰ ਇੰਨਾ ਪਿਆਰ ਕਰਦਾ ਸੀ, ਮਾਂ ਦਾ ਆਗਿਆਕਾਰੀ ਸੀ, ਮਾਂ ਦੇ ਚਰਨਾਂ ਦੇ ਵਿੱਚ ਬਹਿੰਦਾ ਸੀ ਕਿ ਮੈਨੂੰ ਜਿਹੜੇ ਮੇਰੀ ਮਾਂ ਨੂੰ ਮਹਿਸੂਸ ਨਾ ਹੋਵੇ ਕਿ ਮੇਰਾ ਫਾਦਰ ਸਾਹਿਬ ਨਹੀਂ ਹੈਗਾ। ਔਰ ਚਾਚਿਆਂ ਦਾ ਆਗਿਆਕਾਰੀ ਸੀ, ਤਾਇਆਂ ਦਾ, ਤਾਏ ਦੇ ਪੁੱਤਾਂ ਦਾ, ਵੱਡੇ ਭਰਾਵਾਂ ਦਾ ਆਗਿਆਕਾਰੀ ਸੀ। ਕਦੀ ਵੀ ਉੱਚੀ ਨਹੀਂ ਸੀ ਬੋਲਿਆ ਆਪਣੇ ਭਰਾਵਾਂ ਅੱਗੇ, ਆਪਣੇ ਚਾਚੇ ਤਾਏ ਦੇ ਭਰਾਵਾਂ ਨਾਲ ਇੰਨਾ ਪਿਆਰ ਸੀ। ਅਸੀਂ ਜਦੋਂ ਵੀ ਜਾਣਾ ਕਿਤੇ ਘੁੰਮਣ ਜਾਣਾ ਤਾਂ ਅਸੀਂ ਜੱਜ ਨੂੰ ਫੋਨ ਕਰਨਾ, ਜੱਜ ਚੱਲ ਚੱਲੀਏ। ਹੁਣ ਸਾਡੇ ਨਾਲ ਕਿਹਨੇ ਜਾਣਾ? ਇਹੋ ਜਿਹਾ ਵੀਰ, ਪਤਾ ਨੀ ਪਰਮਾਤਮਾ ਨੂੰ ਕੀ ਮਨਜ਼ੂਰ ਸੀ ਇੱਡੀ ਛੋਟੀ ਜਿਹੀ ਉਮਰ ਵਿੱਚ ਸਾਡੇ ਕੋਲ ਖੋਲਿਆ। ਔਰ ਉਹਦੀ ਧਰਮ ਪਤਨੀ ਉਹਨੂੰ ਬਹਿਲ ਜਿਹੜੀ ਸਰਦਾਰ ਲਖਵਿੰਦਰ ਸਿੰਘ ਦੀ ਬੇਟੀ ਸੀ, ਸਰਦਾਰ ਲਖਵਿੰਦਰ ਸਿੰਘ ਛੋਟੀ ਉਮਰ ਚ ਚਲ ਗਿਆ, ਉਹਨੂੰ ਏਡਾ ਵੱਡਾ ਸਦਮਾ ਲੱਗਾ, ਉਹਦੇ ਬੱਚਿਆਂ ਨੂੰ, ਉਹਦੇ ਪਰਿਵਾਰ ਨੂੰ, ਉਹਦੀਆਂ ਭੈਣਾਂ ਨੂੰ, ਚਾਚੇ ਤਾਇਆਂ ਨੂੰ। ਇਹੋ ਜਿਹਾ ਹੀਰਾ ਸਾਨੂੰ ਕਦੀ ਮਿਲੀ ਸੀ ਗੱਲਾਂ ਨਹੀਂ, ਇਹੋ ਜਿਹੇ ਨੇਕ ਸੁਭਾਅ ਦਾ, ਹਰ ਦਰ ਦੁੱਖ ਸੁੱਖ ਦਾ ਭਾਈਵਾਲ। ਵਾਨ ਲੱਖਾ ਸਿੰਘ ਤੋਂ ਜਨਮ ਲਿਆ, ਮੋਗੇ ਦੇ ਵਿੱਚ ਆਇਆ, ਮੋਗੇ ਦੇ ਵਿੱਚ ਆਪਣਾ ਏਡਾ ਵੱਡਾ ਕੱਟ ਦੱਸਦਾ ਵੀ ਇੰਨਾ ਹੋਲਡ ਬਣਾਇਆ। ਮੇਰੇ ਜੀਜਾ ਜੀ ਸੰਜੀਵ ਕੁਮਾਰ ਲੱਡੂ ਜੀ, ਜਿਹਦੀ ਸੱਜੀ ਬਾਂਹ ਸੀ, ਮੰਤਰਾਂ ਦੀ ਸੱਜੀ ਬਾਂਹ ਸੀ,